वो भी बढ़िया मार देंगे मक्खन। चलना क्यों नहीं? रस्सा मुंह लग रहा है छोटा। नहीं नहीं रस्सा नहीं बहुत छोटा। रस्सा तो बहुत बहुत हुआ। ना यार जो इधर बना लगे ओ जाग पहुंचा क्या करा बना है ना? नहीं ये मुंह आ रही है तो है ना। किचन तो है। कुछ देखना ही लगड़ू। हाँ। मैं थोड़ा यार कल तो काम ले आ लगे। ਨਕਲੋਂ ਦੀਏ ਭੈਣ ਜੀ ਇਹਦੇ ਤੋਂ ਵੀ ਇਹਦੇ ਘਰ ਜੰਮਣਾ ਸੀ ਹੈ ਉਸਤਾਦ ਜੀ ਜੋ ਦਿਲ ਕਰਦਾ ਨਹੀਂ ਦੋ ਦਿਲ ਕਰਦਾ ਕੀ ਜਿਹੜੀ ਗੱਲ ਸਿੱਧੀ ਜਿਹੜੀ ਸਿੱਧੀ ਕਰਨਾ ਮਿੰਗੀ ਕਦੋਂ ਕੀਤੀ ਤੂੰ ਤੂੰ ਉਸਤਾਦ ਜਿਹੜੇ ਇਹ ਕਿਹਦਾ ਮੇਰਾ ਇਹ ਜੋ ਹੈ ਸਾਡੂ ਇਹ ਉਹ ਹੁਣ ਫੜੀ ਮੈਂ ਤੋਬੀਏ ਦਾ ਹਾਸ਼ ਵੀ ਬਣ ਗਿਆ ਹੈ ਜਿਹੜੇ ਉਸਤਾਦ ਹੁੰਦੇ ਨਾ ਉਸ ਕਹਿੰਦੇ ਹੀ ਸਹੀ ਆ ਇੱਟ ਲਾ ਕੇ ਸਾਰਿਆਂ ਦਾ ਕੁਝ ਸਿਰ ਚ ਆਇਆ ਪਿਆ ਹੋਵੇ ਇਹ ਹੈ ਵੀ ਬੜੀਆਂ ਬਸੰਤੀਆਂ ਕੁੜੀਆਂ ਵੀ ਹੈ ਅਸੀਂ ਨੀ ਪੁੱਛੋ ਤੇ ਲਾ ਧੁਣੀ ਲਾ ਧੁਣੀ ਇੱਥੇ ਲਾ ਦੇ ਇਹ ਤਾਂ ਹੁਣ ਦਿਸਦੀਆਂ ਨੀ ਅੱਗੇ ਬਹੁਤ ਨਿਕਲੀਆਂ ਨੇ ਚੋਰ ਖੂਹ ਸਾਰਾ ਗੜਿਆ ਪਿਆ ਕਿ ਰੋਜ਼ ਨਾ ਕਿ ਪੈ ਜਾ ਉੱਤੋਂ ਸਿਰ ਚ ਆਉਂਦਾ ਹੋਵੇ ਕੰਮ ਬੜਾ ਰਿਸਕੀ ਹੈ ਸਾਡਾ ਬਹੁਤ ਜਾਬਰ ਆ ਥੱਲੇ ਮੈਂ ਰਸਤਾ ਤਾਂ ਥੱਲੇ ਰੱਖ ਕੇ ਪਾਇਆ ਤੂੰ ਆਲਮਗੀਰ ਵਾਲਾ ਲੈ ਆਉਂਦਾ ਲੱਕੜਾਂ ਵਾਲਾ ਹਾਂ ਪਰਲੇ ਤੇ ਜਾਵਾਂ ਮਾਰ ਨਿਕਲ ਲੈਣੀ ਕਿਉਂ ਉਹ ਕਿਉਂ ਇਟਾਂ ਮਾੜੀ ਇਹਨਾਂ ਦਾ ਕੁਛ ਹਿਸਾਬ ਲਾਈਏ ਪੌੜੀ ਨਹੀਂ ਇੱਥੇ ਹੈਗੀ ਯਾਰ ਥੋੜੀ ਨਹੀਂ ਹੈਗੀ ਉਸਤਾਦ ਨਾਲ ਥੋੜੀ ਮਾਰ ਕੇ ਇੱਟ ਲਾ ਲੈਣੀ ਨਹੀਂ ਨਹੀਂ ਪਿਆਰ ਨਾਲ ਹਲਾਉਂਦੇ ਮੱਖੀ ਹਰ ਪਾਸੇ ਉੜੀ ਜਾਂਦੀ ਹੈ ਦੋਤਾ ਨਾ ਯਾਰ ਉਹਦਾ ਜਾ ਥੱਕ ਜਾਏਗਾ ਯਾਰ ਤੂੰ ਕੋਈ ਨਹੀਂ
ਕੋੜੀ ਨਹੀਂ ਨਾ ਫਿਰ ਤੇ ਛਾਈ ਦਾ ਹੁਣੇ ਕੀ ਕਰਨੀ ਏਟੀ ਨਹੀਂ ਹਿੱਲਣ ਡੇ ਪਾਨੇ चलो निकलो खैर शांति ਔਖਾ ਖੜਾ ਮੈਂ ਤੈਨੂੰ ਪਤਾ ਵਾ ਮਾਸਟਰ ਯਾਰ ਇਹ ਕੰਮ ਔਖਾ ਵਾ ਯਾਰ ਹਾਂ ਇਹ ਨਾ ਉਵੇਂ ਮਜ਼ਾਕ ਵਾਲਾ ਕੰਮ ਨਹੀਂ ਹੈਗਾ ਔਖਾ ਵਾ ਇੱਕ ਬਾਂਹ 'ਤੇ ਜਿਹੜਾ ਵਜਨ ਪਾ ਕੇ ਖੜਾ ਹੋਣਾ ਉਹ
ਮਾਸਟਰ ਜੀ ਉਵੇਂ ਤੇ ਬਥੇਰੀਆਂ ਫੜੀਆਂ ਮੈਂ ਇਹਨੂੰ ਕਹਿਣ ਦਾ ਮੈਂ ਕਿਹਾ ਬੋਤਲਿਆਂ ਵਾਲੇ ਟੁੱਬਲ ਦੇ ਨਾ ਹੋਵੇ ਪੌੜੀ ਹੋਊਗੀ ਯਾਰ ਖੂਹ ਦੇ ਵਿੱਚ ਬੋਤਲੇ ਕਿਹੜੇ बहुत मुश्किल काम है सारे सारे मैं तो बहुत मुश्किल काम लेके ¡Gracias!
कोई थोड़ा बहुत है बच्चे क्योंकि बचे नहीं सारे यार बस कर गई है मैं सिमरन दे ही है इधर बच्चे को गैरत है कि नहीं लगते आज हैं इधर जो मास्सा गैरत नहीं लगती ਮਾਸਟਰ ਨੂੰ ਬੋਲਾ ਸ਼ਾਦ ਮਾਸਟਰ ਨੂੰ ਕੌਣ ਲੱਗੇ ਇਹ ਉਹ ਤੋਂ ਦੂਜੇ ਗਾੜੀ ਉਹਾ ਕੇ ਕਿਉਂ ਗੂੰਜਾ ਫਿਰ ਉਹਾਈ ਆਉਣਾ ਸਰ ਜੀ ਸਿੱਟਣਾ ਗੱਲ ਸੁਣ ਠੀਕ ਹੋਇਆ ਸੱਤ ਕੋ ਜਾਂ ਤੇਰਾ ਚ ਲੜਾਈ ਹੈ ਤੇਰੇ ਘਰੋਂ ਜਾ ਕੇ ਸ਼ਾਇਦ ਕੱਢ ਲਿਆ ਉਹਦਾ ਤੂੰ ਐਡੀ ਗੱਲ ਕਰਦੀ ਹੈ वजन आ जाता बस इको ते बाल्टी लैके नेड़े हो जाओ अच्छा चलो अल्लाह खैर करे माशाल्लाह क्या बात है नहीं ਬਾਹਰ ਦੱਸਣ ਨਾਲ ਮੇਰੇ ਦੁਖਣ ਲੱਗ ਪਈ ਨਹੀਂ ਤਾਂ ਮੈਂ ਹਜੇ ਹਟਣਾ ਹਟਣਾ ਕੋਈ ਨਹੀਂ ਸੀ ਹੈਗਾ ਮੱਖੀਆਂ ਪੂਰੀਆਂ ਗੁੱਸੇ ਗਈਆਂ ਪਈਆਂ ਚੱਲ ਕਰਵਾ ਲਈਏ ਕੰਮ ਦੇ ਉਹ ਗੜੀ ਮਾਰ ਜੀ ਭਰ ਗਈ ਆ ਜਿਹੜਾ ਉਹ ਦੂਸੀ ਲੈ ਜੀ ਇਹਨੂੰ ਰੱਸਾ ਬੰਨ ਮੈਂ ਤਾਂ ਵੀਡੀਓ ਬਣਾਉਣਾ ਥਾ ਮੌਕਾ ਦਿੱਤਾ
ਤੇ ਮਾਸਟਰ ਤੇ ਵੈਸੇ ਦੇਖਣ ਵਾਲਾ ਵਾ ਮਾਸਟਰ ਨੂੰ ਪੁੱਛਿਆ ਜੇ ਵੀ ਨਾ ਇਹਦਾ ਤੇ ਬੋਕਾ ਬੜਾ ਸਟਾਉਣੀ ਆ ਟੈਨਸ਼ਨ ਵਾਲਾ ਥੱਲੇ ਨੂੰ ਕਰ ਲਾ ਪੋੜਾ ਸੇਰ ਢਕਣ ਲਿਆ ਕੀ ਹਾਲ ਆ ਉਹ ਸਰ ਜੀ ਲਾਉਂ ਲੜਾ ਲਾ ਪੰਜ ਚਾਰ ਕੀ ਆ ਤੈਨੂੰ ਤੇਰਾ ਵੀ ਹੱਕ ਬਣਦਾ ਲੜਾਉਣ ਦਾ ਜੇ ਤੇਰਾ ਉਸਤਾਦ ਨਹੀਂ ਹੈ ਉਸਤਾਦ ਹੈ ਤੇ ਫਿਰ ਕੀ ਆ ਅੱਛਾ ਉਸਤਾਦ ਤੂੰ ਐਵੇਂ ਕਹਿਣਾ ਨਹੀਂ ਉਹ ਕਹਿ ਯਾਰ ਹੁਣ ਉਹ ਐਵੇਂ ਸਾਫਾ ਲੈ ਕੇ ਬੜਾ ਇੰਡਿਆ ਜਦੋਂ ਬੜਿਆ ਮੱਖੀਆਂ ਦੇ ਵਿੱਚ ਆ ਹੁਣ ਕੀ ਰਹਿ ਗਿਆ ਮਗਰ ਨਾਲੇ ਉਸਤਾਦਾਂ ਨੂੰ ਲੜਦੀਆਂ ਹੁੰਦੀਆਂ ਸ਼ਿਗਿਰਦ ਡਰਦੇ ਹੁੰਦੇ ਉਹਨਾਂ ਨੂੰ ਲੜਦੀਆਂ ਹੁੰਦੀਆਂ ਅਸੀਂ ਉਹਨੂੰ ਤਾਂ ਕਿਉਂ ਨਹੀਂ ਵਾੜਿਆ ਉਹ ਫਿਰ ਕੰਮ ਹੀ ਉਹੋ ਆ ਤੂੰ ਛੁਕ ਮਾਰ ਕੇ ਸਿੱਟਿਆ ਕਰ ਮੱਖੀ ਮੱਖੀ ਹੋ ਗਈ ਜਿਹੜੀ ਇਹਦੀ ਕੁੜੀ ਆ ਵੀ ਦਰਦ ਹੁੰਦੀ ਆ ਸੋਚ ਤੇ ਜਿਹੜੀ ਚੜ੍ਹਨੀ ਚੜ੍ਹਨੀ ਆ ਦਰਦ ਬਹੁਤ ਹੁੰਦੀ ਡੂਮਨੇ ਨਾਲ ਵੀ ਪੈਣੀ ਕੁੜੀ ਆ ਇਹ ਕੀ ਹੈ ਡੂਮਨਾ ਨੀ ਇਹ ਡੂਮਨਾ ਹੋਰ ਮਾਸੀ ਆ ਪਹਾੜੀ ਆ ਲੈ ਆ ਹੁਣ ਨਿਕਲਿਆ ਹੀ ਕੁਝ ਨਹੀਂ ਇਹ ਬੱਚੇ ਆ ਆਹ ਸਿਰ ਤੇ ਸਾਰੀਆਂ ਬੰਦ ਕੀਤਾ ਆਹ ਤੇ ਥੱਲੇ ਖਾਲੀ ਨਿਕਲ ਆਉਂਦੇ ਆ ਉਹ ਸਵਾਦੀ ਕੰਮ ਸੀ ਉਹ ਸਾਰਾ ਸ਼ਹਿਦ ਹੀ ਸੀ ਉਹ ਸ਼ਹਿਦ ਹੀ ਨਿਕਲਿਆ ਸੀ ਬੱਚੇ ਕੋਈ ਨਹੀਂ ਉਹ ਕੁਝ ਹੋਰ ਵੀ ਲਾਉਣਾ ਜੰਮੂ ਦੇ ਡੂਮਨਾ ਲਾ ਦਿਆਂਗੇ ਮਾਰ ਕੇ ਕਿਹੜਾ ਲਾਉਣਾ ਬਾਡੀ ਵਿਹਲੀ ਕਰ ਲਿਆ ਕਰੋ ਇਹ ਕਿੱਥੇ ਇਹਦੇ ਵਿੱਚ ਟੂਣੀ ਸੀ ਮੱਖੀਆਂ ਲੜਨ ਲੱਗ ਪਈਆਂ ਮੇਰੇ ਤਾਂ ਸਿਰ ਚ ਦੂਹੀ ਲੜ ਗਈ ਹਾਂ ਡੰਗ ਤੇ ਕੱਢ ਦੇ